बिस्मिल्लाह रहमान रहीम। अस्सलाम वालेकुम भैनों ते भराओ। अज बाबा जी तुहानू दसणगे कि इंसान दे कोल कसरत दे नाल रिज़क होना कोई जरूरी नहीं, बल्कि इंसान को जिहड़ा रिज़क आ उह बरकत वाला होना चाहिए। यानी कि कसरत दे विच बरकत नहीं है, बरकत दे विच कसरत है कि इंसान दे कोल रिज़क जिहड़ा आ उह बरकत वाला होना चाहिए। बेशक थोड़ा ही होवे, उह बरकत वाला होवे। जिस रिजक दे विच बरकत नहीं, वो जिन्ने भी कसीर तादाद नाल बंदे दे कोल होवे, जिन्ना भी ज्यादा होवे, उहदा कोई फायदा नहीं। तो इसलिए इंसान नूं हमेशा जिहड़ा रिजक है ना वो बरकत वाला मंगना चाहिए, हलाल। जो तुहाडा रिजक हलाल होगा तो उहदे विच बरकत ऐटोमैटिक ही होगी। हाँ जी बाबा जी दसो जी। शौकत भाई ना चार भरा सन, चार भाई सन। उन्होंने ना जी जमीन सी ओदी जो ना तकसीमदार वक्त आया। अच्छा। एक उन्हों का वापसी वालदा बहुत हो गई थी। अच्छा। तो वापसी उन्हों का चारा ना जो तकसीम कर लगे भी कहते जी इन आहिस्सा आ गया, इन आहिस्सा आ गया। वो जो छोटा सी ना वो कहना मैनू कुछ भी ना दवो, मैनू कुछ भी ना दवो, ਤੁਸੀਂ ਕੁਛ ਵੀ ਨਾ ਦਿਓ, ਮੈਨੂੰ ਨਾ ਸਿਰਫ ਅੱਬਾ ਜੀ ਦੇ ਦਿਓ। ਯਾਨੀ ਕਿ ਵਾਲਾ ਸਾਹਿਬ ਜਿਹੜੇ ਨਾ ਉਹ ਮੇਰੇ ਸੀ ਦੇ ਦਿਓ, ਬਾਕੀ ਬਾਕੀ ਜ਼ਮੀਨ ਦਾ ਤੁਸੀਂ ਹਿੱਸਾ ਆਪਣਾ ਆਪਣਾ ਵੰਡ ਲਓ। ਉਹਨਾਂ ਨੇ ਕਿਹਾ ਕਿੱਡਾ ਬੇਵਕੂਫ ਬੰਦਾ, ਵੀ ਵਿਰਾਸਤ ਦੇ ਵਿੱਚ ਬਾਪ ਦੀ ਜਾਇਦਾਦ ਆ ਉਹ ਤੇ ਅਸੀਂ ਵੰਡਣੀ ਵੰਡਣੀ। ਇਹਨੇ ਕਿਹਾ ਮੈਨੂੰ ਜਾਇਦਾਦ ਆ ਤਾਂ ਮੈਨੂੰ ਅੱਬਾ ਦੇ ਦਿਓ। ਉਹਨਾਂ ਨੇ ਕਿਹਾ ਲੈ ਵੀ ਯਾਨੀ ਕਿ ਸਾਡਾ ਸਰ ਗਿਆ, ਸਾਡਾ ਸਰ ਗਿਆ ਵੀ ਅੱਬਾ ਇਹਨੂੰ ਦੇ ਦਿੰਦੇ ਹਾਂ ਤੇ ਜਾਇਦਾਦ ਅਸੀਂ ਵੰਡ ਲੈਂਦੇ ਤਿੰਨੇ। ਉਹਨਾਂ ਨੇ ਜੀ ਇੱਦਾਂ ਹੀ ਕੀਤੀ। ਅੱਬੇ ਨੇ ਵੀ ਕਿਹਾ ਵੀ ਪੁੱਤ ਮੇਰੀ ਮੇਰੀ ਵਿਰਾਸਤ ਆ ਉਹਦੇ ਵਿੱਚੋਂ ਤੁਸੀਂ ਤੇਰਾ ਹਿੱਸਾ ਬਣਦਾ ਤੂੰ ਲੈ ਲਾ। ਉਹ ਕਹਿੰਦਾ ਅੱਬਾ ਜੀ ਤੁਹਾਡੀ ਵਿਰਾਸਤ ਦੇ ਵਿੱਚ ਤਾਂ ਮੈਂ ਵੀ ਹਾਂ, ਤੁਸੀਂ ਮੇਰੇ ਵੀ ਵਾਰਸ ਹਾਂ। ਹੈਂ ਆਇਆ ਕਿ ਮੈਂ ਤੁਹਾਡੀ ਖਿਦਮਤ ਕਰਾਂਗਾ, ਤੁਹਾਨੂੰ ਮੈਂ ਲੈ ਲਿਆ ਵਾ ਅਤੇ ਮੇਰੇ ਲਈ ਸਾਰਾ ਕੁਛ ਇਹੀ ਹੈ। ਜਦੋਂ ਜਾਇਦਾਦ ਦੇ ਤੁਸੀਂ ਵਾਰਸ ਹਾਂ, ਜਦੋਂ ਵਾਰਸ ਨੂੰ ਮੈਂ ਖਰੀਦ ਲਿਆ ਤਾਂ ਉਹ ਜਾਇਦਾਦ ਵੀ ਮੇਰੀ ਹੋ ਗਈ ਅਤੇ ਲਿਹਾਜ਼ਾ ਮੈਂ ਵੀ ਤੁਹਾਡੀ ਵਿਰਾਸਤ ਦੇ ਵਿੱਚ ਹਾਂ ਅਤੇ ਮੈਨੂੰ ਜਾਇਦਾਦ ਨਹੀਂ ਚਾਹੀਦੀ, ਮੈਨੂੰ ਤੁਸੀਂ ਚਾਹੀਦਾ। ਉਹਨੇ ਕਿਹਾ ਚਲੋ ਪੁੱਤ ਅੱਲਾ ਤੈਨੂੰ ਬਰਕਤ ਦੇਗਾ। ਉਹ ਹੁਣ ਨਾ ਦੂਸਰੇ ਨੇ ਜਾਇਦਾਦ ਵੰਡ ਲਈ। ਅੱਛਾ। ਵੰਡ ਲਈ ਉਹ ਆਏ ਦਿਨ ਮਤਲਬ ਉਹਨਾਂ ਬਾਰੇ ਨਿਆਰੇ ਹੋਈ ਜਾਣ, ਜ਼ਮੀਨ ਫਸਲ ਉਗਾਉਣ ਦੋਨੋਂ ਤੋਂ ਵਧੀ ਜਾਵੇ ਅਤੇ ਉਹ ਹੱਸਣ ਉਹਦੇ 'ਤੇ। ਉਹ ਹੁਣ ਅੱਬਾ ਜੀ ਬਿਮਾਰ ਕਰੀ ਚੁੱਕ ਕੇ ਇੱਧਰ ਲਿਜਾ ਰਿਹਾ, ਕਰੀ ਇੱਧਰ ਲਿਜਾ ਰਿਹਾ, ਬੇਗਮ ਉਹਦੀ ਵੀ ਨਾਲ ਅਤੇ ਬੇਗਮ ਉਹਦੀ ਵੀ ਫਰਮਾ ਬਰਦਾਰ ਸੀ, ਨੇਕ ਔਰਤ ਸੀ। ਉਹਨੇ ਵੀ ਸੋਚਿਆ ਵੀ ਜੋ ਮੇਰੇ ਮੀਆਂ ਨੇ ਕੀਤਾ ਫੈਸਲਾ ਅੱਛਾ ਹੀ ਕੀਤਾ ਹੋਵੇਗਾ। ਹੈਂ ਅਤੇ ਉਹ ਵੀ ਉਹਦੇ ਨਾਲ ਹੈ ਨਾ ਉਹਦੇ ਅੱਬਾ ਜੀ ਦੀ ਖਿਦਮਤ ਕਰਨ ਦੇ ਵਿੱਚ ਮਸਰੂਫ ਰਹੀ। ਵਕਤ ਗੁਜ਼ਰਦਾ ਗਿਆ, ਉਹਦੀ ਗੁਰਬਤ 'ਚ ਇਜ਼ਾਫਾ ਹੁੰਦਾ ਗਿਆ ਅਤੇ ਭਰਾਵਾਂ ਦੀ ਦੌਲਤ 'ਚ ਇਜ਼ਾਫਾ ਹੁੰਦਾ ਗਿਆ। ਅੱਛਾ। ਯਾਨੀ ਕਿ ਉਹ ਗਰੀਬ ਹੁੰਦਾ ਗਿਆ ਅਤੇ ਉਹ ਅਮੀਰ ਹੁੰਦੇ ਗਏ ਅਤੇ ਲੇਕਿਨ ਉਹਨੇ ਆਪਣੇ ਬਾਪ ਦੀ ਨਾ ਖਿਦਮਤ ਦੇ ਵਿੱਚ ਕੋਈ ਕਮੀ ਨਾ ਛੱਡੀ। ਜਦੋਂ ਉਹਨੇ ਆਪਣੇ ਬਾਪ ਦੀ ਖਿਦਮਤ 'ਚ ਕੋਈ ਕਮੀ ਨਾ ਛੱਡੀ। ਉਹ ਹੁਣ ਵਕਤ ਲੰਘਦਾ ਗਿਆ ਅਤੇ ਵਾਲਦ ਸਾਹਿਬ ਅੱਲਾ ਨੂੰ ਪਿਆਰੇ ਹੋ ਦੁਨੀਆ ਨੂੰ ਪਰਦਾ ਕਰ ਗਏ। ਉਹਦਾ ਵਾਲਦ ਸਾਹਿਬ ਪਰਦਾ ਕਰ ਗਏ, ਹੁਣ ਵਾਲਦ ਸਾਹਿਬ ਨੂੰ ਦਫਨਾ ਕੇ ਆਇਆ। ਅੱਛਾ। ਅਤੇ ਰਾਤ ਨੂੰ ਸੁੱਤਾ ਵਾ ਅਤੇ ਅੱਲਾ ਦਾ ਨੇਕ ਬੰਦਾ ਦੇ ਖਾਬ 'ਚ ਆਉਂਦਾ। ਅੱਛਾ। ਉਹਨੂੰ ਕਹਿੰਦਾ ਵੀ ਇਹ ਅੱਲਾ ਦੇ ਬੰਦਿਆ ਫਲਾਣੀ ਜਗ੍ਹਾ ਨਾ 10 ਦਿਰਹਮ ਸੋਨੇ ਦੇ ਪਏ, ਉਹ ਨਾ ਚੁੱਕ ਲਾ ਉਹ ਤੇਰੇ। ਉਹ ਕਹਿੰਦਾ ਵੀ ਨਹੀਂ ਮੈਨੂੰ ਇਹ 10 'ਚ ਬਰਕਤ ਹੈਗੀ ਆ। ਉਹਨੇ ਕਿਹਾ ਬਰਕਤ ਨਹੀਂ ਹੈ ਇਹਦੇ 'ਚ। ਉਹਨੇ ਕਿਹਾ ਅੱਛਾ ਠੀਕ ਆ। ਉਹ ਉੱਠਿਆ ਸੁਬਾਹ ਨੂੰ, ਉਹਨੇ ਆਪਣੀ ਬੀਵੀ ਨੂੰ ਖਾਬ ਸੁਣਾਇਆ। ਉਹਨੇ ਕਿਹਾ ਜਾ ਚੁੱਕ ਲਿਆ 10 ਦਿਨ। ਉਹਨੇ ਕਿਹਾ ਨਹੀਂ ਮੈਂ ਨਹੀਂ ਚੁੱਕਣਾ। ਉਹਨਾਂ ਨੇ ਕਿਉਂ? ਉਹਨੇ ਕਿਹਾ ਉਹਦੇ 'ਚ ਬਰਕਤ ਕੋਈ ਨਹੀਂ। ਮੈਂ ਉਹਨੂੰ ਪੁੱਛਿਆ ਕਿ ਉਹ 'ਚ ਬਰਕਤ ਆ, ਉਹਨੇ ਕਿਹਾ ਬਰਕਤ ਨਹੀਂ ਆਇਆ। ਅਤੇ ਉਹਨੇ ਕਿਹਾ ਭਲਿਆ ਲੋਕਾਂ ਗਰੀਬੀ ਇੰਨੀ ਆ, ਬਰਕਤ ਆਪੀ ਆਈ ਤੂੰ ਚੁੱਕ ਲਿਆ। ਉਹਨਾਂ ਕਹਿੰਦਾ ਨਹੀਂ, ਉਹ ਜਿਹੜਾ ਅੱਲਾ ਨੇਕ ਬੰਦਾ ਟੱਕਰਿਆ ਨਾ ਉਹ ਬਿਹਤਰ ਜਾਣਦਾ। ਉਹਨੇ ਜੇ ਉਹ 'ਚ ਬਰਕਤ ਹੁੰਦੀ ਤਾਂ ਅੱਲਾ ਤਾਲਾ ਨੇ ਉਹਨੂੰ ਪਹਿਲੇ ਦੱਸ ਕੇ ਭੇਜਣਾ ਸੀ ਕਿ 'ਚ ਬਰਕਤ ਆ।
दरगाह मैन चुकना। दूसरे दिन फिर सुता, फिर उन्होंने ख्वाब आया, उन्हें कहा भी अल्लाह दे बंदे उत्थे पांच दिरहम पे हैं, हुण आखरी पांच दिरहम पे हैं सोने दे, वो चुक लिया सिक्के। उन्हें कहा उस बरकत है, उन्हें कहा नहीं, उन्हें कहा वो भी नहीं मेरे, मैं नहीं चुकना। आखो लगी बेदम ने सुनाना गल, उन्हें कहा तू अगे दस दिरहम गवाते, हुण तू ये भी पांच गवाते, तेरी मर्जी, मैं तो हुण तेरे मगर ही हाँ, लेकिन तू लिया तो बेहतर है, चलो बच्चे कोई चार दिन रोटी सुकून की खा लेंगे, आसानी से जावे। उन्हें कहा नहीं, हत्ता के तीसरे दिन फिर सुता, उन्होंने ख्वाब आया तो उन्हें कहा एक दिरहम पे ही उत्थे, उन्हें कहा दस च बरकत हैगी, उन्हें कहा हैगी है, उन्हें कहा अच्छा बरकत हैगी है, उन्हें कहा मेरे दिल च ख्याल किया। सुबह उठाया, उठ के उन्हें बेगम को ख्वाब सुनाया, बेगम कहती की इरादा, उन्हें कहा हूँ एक दिरहम का की करेगा, उन्हें कहा वो बरकत आ, वो मैं लिया लिया। वो गया जिथे का उन्हें ख्वाब का जगह दसी थी, उत्थे वो दिरहम पिया, उन्हें चुकया, चुक के हुण लै के आ रहा। अच्छा, तो दूसरे भरा चंगे अमीर हो गए, आहो जायदाद जो सारी उन्होंने मिल गई, तो लेकिन सुकून उन्होंने घर च कोई नहीं। वो आंदा पिया तो राज ने एक बंदा मच्छी बेचण लिया। अच्छा, मच्छी बेचण लिया, उन्हें कहा एक दिरहम चल इहदी मच्छी लै के बच्चे राज खा दी। उन्हें पूछा भी आ मच्छी किन्ने दी, उन्हें कहा एक दिरहम दी, उन्हें कहा चल दे दे यार, अज बच्चे मच्छी दे खाणगे ना। हुण जेन च भी उहदे गल है सी कि इह बरकत वाला रुपया है, ते बच्चियां दी भुख नूं देख के उन्हें कहा भी मच्छी लै लैंदे आ, बच्ची खाणगे, बच्चे खाणगे मच्छी ते खुश हो जाणगे भी साडे बाप ने सानूं अज मच्छी खवाई है। वह भाजी उन्हें मच्छी लई लैके घर लिया, घर आके ना अपनी बीवी नूं कहिंदा कि मच्छी बना। उन्हें ना मच्छी जो जिब्बा तो होंदी है पहले अल्लां लई हो जांदी है, पेट चाट किया उहदा साफ किया, जो कीर्तना विच दो लाल निकले, दो हाँ बड़ी अनमोल लाल, कि जेड़े इदां दे लाल सी कि किसे ने पहले देखे नहीं। उन्हें घर दे नूं सद्दिया, लगा होया लोका इधर आ, हाँ उन्हें कहा लड़िया अपने मच्छी दे विचों कढ़िया दो पत्थर निकले आ, इदां दे पत्थर मैं नहीं किसे ने कदी देखे। उन्हें कहा भलीए लोके जे तूं नहीं ने देखे, देखे मैं भी कदी, ये कोई अनमोल ही पत्थर आ। उन्हें कहा हुण इहदा किन्ना, उन्हें कहा इहनूं लुको ला, किसे नूं पता ना लगे, अपने काम आने कि। उन्हें कहा अच्छा ठीक है, उन्हें मच्छी पकाई, पका के खाधी लाल कोले। उन्होंने कहा भी मैं इन की करा कि ला ला, उन्होंने एक सौदागर लभ्या, उस सौदागर को लाल लै गया। सौदागर कहता कि आ लाल आ पत्थर आ मेरे को देख की चीज़, उन्हें कहो ये तो बड़ी अनमोल चीज़ है, इस कीमत ही कोई नहीं है, ये कोई खरीद नहीं सकता बंदा ऐसा लाल। उन्हें कहा अच्छा तू मैनू की दिना, उन्हें कहा मैं ना तेनू ये 60 ऊंट खजाने दे दिना, तू मैनू लाल दे दे। 60 ऊंट खजाने दे भरे हुए दिना, भरे हुए ते मैनू ये एक लाल दे दे, एक लाल दे दे। उन्होंने सौदागर नूं इह सी कि लाल एडा कीमती है, मैं बादशाह कोल बेचांगा, मैं बादशाह को दुगनी कीमत मंगागा। उन्हें कहा जी ठीक है, तू मैनू 60 ऊंट खजाने दे दे, दे। मैं तेनू लाल दे दिना एक। हुण उहनू सौदागर नूं नहीं सी पता कि एक दूजा भी है ना, उन्हें दस्सिया सी कि मेरे को दो आ, उन्हें 60 ऊंट खजाने दे भर के दिते, उन्हें लाल उन्हें देता। वह हुण लै के आया जनाब लाल खजाने के ऊंट, तो भरावना भी अमीर हो गया, सारी गल 60 ऊंट उन्होंने खजाने के भरे मिलने, खजाने के भरे मिले। उन्हें तो पाई अपने हर पासे लहर फहर लाती, तो बेगम भी बड़ी खुश भी साढ़े दिन फिर गए, साढ़े दिन फिर गए। उन्हें कहा भलिए लोके आ वाह अल्लाह की बरकत है, असी बाप की खिदमत की, अल्लाह तला सानू साढ़े रिजी बरकत पा।
ਹੁਣ ਉਹ ਸੌਦਾਗਰ ਲੈ ਗਿਆ ਬਾਦਸ਼ਾਹ ਕੋਲ ਲਾਲ ਨੂੰ, ਲਾਲ ਨੂੰ, ਲਾਲ ਨੂੰ। ਉਹ ਜਦੋਂ ਬਾਦਸ਼ਾਹ ਨੇ ਲਾਲ ਦੇਖਿਆ, ਉਹਨੇ ਕਿਹਾ ਵੀ ਦੱਸ ਕਿੰਨੇ ਪੈਸੇ ਮੰਗਦਾ। ਉਹਨੇ ਕਿਹਾ ਭਾਈ ਜੀ 100 ਊਂਠ ਲੈਣੇ ਆ ਖਜ਼ਾਨੇ ਦੇ, ਖਜ਼ਾਨੇ ਦੇ। ਹੁਣ ਬਾਦਸ਼ਾਹ ਦੀ ਬੱਚੀ ਨੂੰ ਕੋਈ ਬਿਮਾਰੀ ਐਸੀ ਸੀ ਕਿ ਉਹ ਲਾਲ ਉਹਦੇ ਗਲੇ 'ਚ ਪੈਣਾ ਸੀ, ਉਹਨੇ ਠੀਕ ਹੋ ਜਾਣਾ। ਬਾਦਸ਼ਾਹ ਨੇ ਕਿਹਾ ਜੀ ਤੂੰ 100 ਊਂਠ ਲੈ ਲਾ ਤੇ ਮੈਨੂੰ ਦੇ। ਉਹਨੇ 100 ਊਂਠ ਦਿੱਤਾ। ਉਹ ਬਾਦਸ਼ਾਹ ਸ਼ਹਿਜ਼ਾਦੀ ਕੋਲ ਗਿਆ, ਉਹਨੇ ਕਿਹਾ ਮੈਂ ਇੱਕ ਲਾਲ ਹੋਰ ਲੈਣਾ। ਉਹ ਸੌਦਾਗਰ, ਉਹ ਸੌਦਾਗਰ ਕਹਿੰਦਾ ਮੇਰੇ ਕੋਲ ਤਾਂ ਕੋਈ ਲਾਲ ਸੀ ਭਾਈ, ਮੈਂ ਜਿਹੜਾ ਦੇ ਦਿੱਤਾ 100 ਊਂਠ। ਉਹਨੇ ਕਿਹਾ ਹੁਣ ਇਹਦਾ ਕੀ ਹੱਲ ਆ? ਉਹਨੇ ਕਿਹਾ ਜੀ ਦੂਸਰੇ ਮੈਨੂੰ ਨਹੀਂ ਪਤਾ, ਬੰਦਾ ਮੈਨੂੰ ਮਿਲਿਆ ਸੀ, ਮੈਂ ਨਹੀਂ ਜਾਣਦਾ ਕੌਣ ਸੀ ਕੌਣ ਨਹੀਂ, ਕਿੱਥੋਂ ਉਹਨੇ ਲਿਆ ਸੀ, ਇੱਕੋ ਲਾਲ ਉਹਨੇ ਮੈਨੂੰ ਦਿੱਤਾ, ਮੈਂ ਤੁਹਾਨੂੰ ਦੇ ਦਿੱਤਾ। ਹੈਂ ਉਹਨੇ ਨਾ ਸਪੀਕਰ ਦੇ ਲਾ ਤਾ ਐਲਾਨ ਕਿ ਜਿਹੜਾ ਬੰਦਾ ਇਹਦੇ ਨਾਲ ਦਾ ਲਾਲ ਦੇਗਾ ਨਾ, ਬਾਦਸ਼ਾਹ ਕੋਲ ਮੂੰਹ ਮੰਗਿਆ ਨਾਮ ਲਿਆ। ਹੁਣ ਉਹਦੇ ਤੋਂ ਇਲਾਵਾ ਕਿਸੇ ਕੋਲ ਹੈ ਹੀ ਨਹੀਂ ਸੀ। ਉਹਨੇ ਬਾਦਸ਼ਾਹ ਨਾਲ ਗੱਲ ਕੀਤੀ, ਉਹਨੇ ਕਹਿੰਦਾ ਬਾਦਸ਼ਾਹ ਸਲਾਮਤ ਮੇਰੇ ਕੋਲ ਆ। ਉਹਨੇ ਕਿਹਾ ਦੇ, ਉਹਨੇ ਕਿਹਾ ਇੱਦਾਂ ਨਹੀਂ ਦੇਣਾ, ਕਹਿੰਦਾ ਮੁੱਲ ਲੱਗਣਾ। ਉਹਨੇ ਕਿਹਾ ਮੈਂ ਉਹਨੂੰ 100 ਊਂਠ ਦਿੱਤਾ ਖਜ਼ਾਨੇ ਦਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਦੇਖਿਓ ਬਗੈਰ ਦਿੱਤਾ 100 ਊਂਠ, ਹੁਣ ਤੁਸੀਂ ਦੇਖ ਲਿਆ ਹੁਣ 100 ਊਂਠ ਨਹੀਂ ਲੱਗਣਾ। ਉਹਨੇ ਕਿਹਾ ਤੂੰ ਦੱਸ। ਉਹਨੇ ਕਿਹਾ ਅੱਧੀ ਬਾਦਸ਼ਾਹ ਹੀ ਲੱਗਣੀ ਆ। ਬਰਕਤ ਤੇ ਕਸਰਤ ਆ, ਕਸਰਤ ਦੇ ਵਿੱਚ ਬਰਕਤ ਨਹੀਂ ਹੈ। ਬਿਲਕੁਲ ਜੀ ਬਾਬਾ ਜੀ, ਗੱਲ ਤੁਹਾਡੀ ਬਿਲਕੁਲ ਠੀਕ ਆ। ਜਿਹੜਾ ਕੋਈ ਬੰਦਾ ਇਸ ਗੱਲ ਨੂੰ ਦਿਲ ਦੇ ਨਾਲ ਅਤੇ ਦਿਮਾਗ ਦੇ ਨਾਲ ਸੋਚ ਕੇ ਜਾਂ ਸਮਝ ਕੇ ਸੁਣੇਗਾ ਤੇ ਉਹਨੂੰ ਇਸ ਚੀਜ਼ ਦੀ ਸਮਝ ਆਏਗੀ ਕਿ ਇਨਸਾਨ ਨੂੰ ਹਮੇਸ਼ਾ ਹਰ ਮੌਕੇ 'ਤੇ ਸਬਰ ਅਤੇ ਸ਼ੁਕਰ ਕਰਨਾ ਚਾਹੀਦਾ ਅਤੇ ਹਮੇਸ਼ਾ ਅੱਲਾਹ ਦੇ ਕੋਲ ਖੈਰੋ ਬਰਕਤ ਵਾਲਾ ਰਿਜ਼ਕ ਮੰਗਣਾ ਚਾਹੀਦਾ, ਹਰ ਵਕਤ ਦੌਲਤ ਦੀ ਕਸਰਤ ਵੀ ਮੰਗਣੀ ਚਾਹੀਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅੱਲਾਹ ਤਾਲਾ ਸਾਨੂੰ ਰਿਜ਼ਕ ਦੇਵੇ ਅਤੇ ਹਲਾਲ ਰਿਜ਼ਕ ਦੇਵੇ।